ਸਾਡਾ ਅਚਾਨਕ ਹੀ ਪ੍ਰੋਗਰਾਮ ਬਣ ਗਿਆ ਤੇ ਮੈਂ ਸੋਚਿਆ ਚਲੋ ਵੀਡੀਓ ਰਿਕਾਰਡ ਕਰ ਲਈਏ ਹਨਾ ਪੂਰਾ ਵਲੌਗ ਬਣਾਵਾਂਗੇ ਕਹਿੰਦੇ ਅੱਜ ਹਿਮਾਚਲ ਦੀ ਵਾਦੀਆਂ ਵੀ ਘੁੰਮਾਵਾਂਗੇ ਹੈ ਚਲੋ ਹੁਣ ਇਹ ਟ੍ਰਿਪ ਸਟਾਰਟ ਕਰਨ ਲੱਗਿਆ ਬਸ ਨਿਕਲਾਂਗੇ ਹੁਣੇ ਥੋੜ੍ਹੀ ਦੇਰ 'ਚ ਨਿਕਲ ਤਾਂ ਗਏ ਹਾਂ ਯੂਨੀਵਰਸਿਟੀ ਤੋਂ ਬਾਹਰ ਇੱਕ ਕਲਾਸ ਚੜ੍ਹਤੀ ਆਪਾਂ ਚਲੋ ਜੀ ਅਸੀਂ ਆਪਣੀ ਪਹਿਲੀ ਬੱਸ 'ਚ ਚੜ੍ਹਨ ਲੱਗੇ ਹਾਂ ਲਓ ਜੀ ਟ੍ਰਿਪ ਸਟਾਰਟ ਆਪਣਾ ਇੱਥੋਂ ਦੀ ਬਾਈ ਦੀਆਂ ਸਪੀਡਾਂ ਚੈੱਕ ਕਰੋ ਠਾ 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 ਗੋਲ ਗੱਪੇ ਬਣਾਈ ਜਾਂਦਾ ਰੱਖੀ ਜਾਂਦਾ ਚੱਕੋ ਇੱਥੇ ਆਹ ਲੈ ਵੀ ਖੋਰ ਤੀਜੀ ਬੱਸ ਆ ਜਿਹੜੀ ਆਪਾਂ ਚੇਂਜ ਕਰ ਰਹੇ ਹਾਂ ਬਾਈ ਖੜ ਕੇ ਜਾਣਾ ਪਊਗਾ ਲੱਗਦਾ ਤਲਵਾੜੇ ਪਹੁੰਚਣ ਲੱਗੇ ਆ ਉਸ ਤੋਂ ਬਾਅਦ ਅੱਧਾ ਘੰਟਾ ਹੋਰ ਲੱਗਣਾ ਪਹਾੜ ਤੇ ਫਿਰ ਵੱਡਾ ਘਰ ਪਹਾੜ ਦੇਖ ਰਹੇ ਹੋ ਆ ਵਾਲਾ ਦੇਖ ਰਹੇ ਹੋ ਪਹਾੜ ਆ ਦੇਖੋ ਵੀ ਦੂਰ ਆ ਓਏ 5 ਮਿੰਟ ਅੱਗੇ ਕਹਿੰਦੇ ਆ ਵਾਲੇ ਪਹਾੜ ਦੇ ਉੱਤੇ ਜਿੱਤਰੀ ਦਾ ਘਰ ਆ ਦੋ ਉੱਚਾ ਸਭ ਤੋਂ ਉੱਚਾ ਘਰ ਪਹਿਲਾਂ ਦੇਖੇ ਨਹੀਂ ਪਹਾੜ ਬਹਿ ਗਿਆ ਪਿੱਛੇ ਹੈ ਤੇ ਆਪਾਂ ਜਾ ਰਹੇ ਹਾਂ ਹੌਲੀ ਹੌਲੀ ਤੁਰੇ ਆਪਾਂ ਪਹੁੰਚ ਗਿਆ ਰਿਤਵੀਰ ਦੇ ਘਰ ਸਾਨੂੰ ਜ਼ਿਆਦਾ ਕੁਛ ਸੀਗਾ ਨਹੀਂ ਰਸਤੇ 'ਚ ਬੱਸ 'ਚ ਇੰਨੀ ਭੀੜ ਜ਼ਿਆਦਾ ਸੀਗੀ ਅਤੇ ਫਿਰ ਟੋਟ ਲਏ ਸੀਗੇ ਪਿੱਛੇ ਅਤੇ ਜ਼ਿਆਦਾ ਦਿਖਿਆ ਹੀ ਨਹੀਂ ਉੱਥੇ ਵੈਸੇ ਵੀ ਫੋਗ ਫੋਗ ਜੀ ਸੀਗੀ ਉੱਪਰ ਪਰ ਜੇ ਸਵੇਰੇ ਕਿਹੜਾ ਲੱਗਾ ਤਾਂ ਜ਼ਰੂਰ ਜਾਵਾਂਗੇ ਕੱਲ੍ਹ ਤਾਂ ਜਾਣਾ ਹੀ ਹੈ ਆਹੋ ਪਹਾੜ ਨੀ ਟਿੱਲੇ ਟਿੱਲੇ ਆਹੋ ਟਿੱਲੇ ਟਿੱਲਿਆਂ ਦੀ ਸੈਰ ਕਰਾਵਾਂਗੇ ਤੁਹਾਨੂੰ ਇੱਥੇ ਟਿੱਲੇ ਆ ਪਹਾੜ ਨਹੀਂ ਗਏ ਤੇ ਟਿੱਲਿਆਂ ਤੇ ਪਹਾੜਾਂ 'ਚ ਡਿਫਰੈਂਸ ਕੀ ਆ ਟਿੱਲੇ ਛੋਟੇ ਹੁੰਦੇ ਆ ਹਾਂ ਪਹਾੜ ਵੱਡੇ ਹੁੰਦੇ ਆ ਵੱਡੇ ਹੁੰਦੇ ਜਿਵੇਂ ਆਪਾਂ ਰਸਤੇ ਜਾਂਦੇ ਨਾ ਸਟਾਰਟਿੰਗ 'ਚ ਜਿਵੇਂ ਹਲਕੇ ਹਲਕੇ ਛੋਟੇ ਛੋਟੇ ਪਹਾੜ ਜਿਹਨੂੰ ਕਹਿ ਦਿੰਦੇ ਅਸੀਂ ਉਹ ਪਹਾੜ ਨਹੀਂ ਹੁੰਦੇ ਉਹ ਟਿੱਲੇ ਹੁੰਦੇ ਆ ਉਹ ਮਿੱਟੀ ਦਾ ਢੇਰ ਹੁੰਦਾ ਹਾਂ ਮਿੱਟੀ ਦਾ ਢੇਰ ਹੁੰਦਾ ਬਸ ਤੇ ਸਾਨੂੰ ਵੀ ਨਹੀਂ ਪਤਾ ਸੀ ਆਪਾਂ ਵੀ ਪਹਾੜ ਪਹਾੜੀ ਕਹੀ ਜਾਂਦੇ ਸੀ ਉਹ ਭਰਾਵਾ ਅੱਗੇ ਦਿਖਣਾ ਹੀ ਬੰਦ ਹੋ ਗਿਆ ਆਹ ਦੇਖੋ ਜਮਾ ਹੀ ਹਨੇਰਾ ਮੈਨੂੰ ਵੀ ਪਤਾ ਨਹੀਂ ਸੀ ਆਪਾਂ ਵੀ ਪਹਾੜ ਪਹਾੜ ਕਹੀ ਜਾਂਦੇ ਰਸਤੇ 'ਚ ਹੱਸਦੇ ਹੋਏ ਆਏ ਹਾਂ ਅਸੀਂ ਵੀ ਕਹਿੰਦਾ ਰਹਿੰਦਾ ਹੋਰ ਕੁਛ ਇਕੱਠ ਕਰ ਲਿਆ ਕੱਪੜਿਆਂ ਦਾ ਪੂਰਾ ਘਰੇ ਜਾਂਦੇ ਕਹਿੰਦੇ ਕੱਪੜੇ ਤੁਹਾਨੂੰ ਸਿੱਟ ਲੈ ਪਹਿਲਾਂ ਉੱਥੇ ਪੀਜੀ 'ਚ ਤਾਂ ਧੋਤੇ ਨਹੀਂ ਜਾਂਦੇ ਹੈ ਨਾ ਅੱਜ ਲੋਕ ਏਟ ਦੀ ਰੋਟੀ ਛੱਡ ਕੇ ਆਪਾਂ ਘਰ ਦੀ ਰੋਟੀ ਇੰਨੇ ਦਿਨਾਂ ਬਾਅਦ ਹੈ ਉਹ ਆ ਸਪੀਕਰ ਕਿੱਥੇ ਚੱਕੀ ਲੈਂਦੇ ਹੋ ਸਪੀਕਰ ਕਿੱਥੇ ਚੱਕਿਆ ਲੋਕ ਕਹਿੰਦੇ ਗੱਡੀ ਦਾ ਬਲੂਟੁੱਥ ਥੋੜਾ ਹਿੱਲਿਆ ਫਿਰਦਾ ਕਹਿੰਦੇ ਸਪੀਕਰ ਹੀ ਲਾ ਲੈਣਾ ਪੇੜ ਦੇਖ ਹਾਂ ਮੇਨ ਪੇੜ ਇਹ ਹੈ ਅੱਛਾ ਜਿੱਦਾਂ ਜੜਾ ਆਈ ਹੈ ਨਾ ਥੱਲੇ ਆਹੋ ਉਹਨਾਂ ਨਾਲ ਹੀ ਇਹ ਤਿਆਰ ਹੋ ਗਿਆ ਉਹ ਤਿਆਰ ਹੋ ਗਿਆ ਉਹ ਤਿਆਰ ਹੋ ਗਿਆ ਉਹ ਓਏ ਹੋਏ 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 ਸਾਰੇ ਪੇੜ ਕਨੈਕਟਡ ਆ ਹਨਾ ਇੱਕ ਦੂਜੇ ਨਾਲ ਆਹ ਵਾਲਾ ਵੀ ਆਹ ਦੇਖੋ ਪੂਰਾ ਕਨੈਕਟਡ ਆ ਦੇਖੋ ਆਹ ਇੱਧਰੋਂ ਦੀ ਆਹ ਇੱਧਰ ਯਾਰ ਤੇਰੇ ਘਰ ਦਾ ਨਾ ਰਸਤਾ ਬਾਹਲਾ ਘੰਟਾ ਹੈ ਨਾ ਉੱਧਰ ਦੇਖੋ ਚੈੱਕ ਕਰੋ ਸਹੀ ਗੱਲ ਆ ਤਾਂ ਸ਼ਾਂਤੀ ਐਡੀ ਹੈ ਨਾ ਇੱਥੇ ਤਾਂ ਬਸ ਉਹਦੇ ਕਹਿਣ ਬਾਲਾ ਜੀ ਸਰ ਹੋ ਗਏ ਤੇ ਲੈਂਡਸਕੇਪ ਵੀ ਚੱਲੀ ਜਾਂਦੇ ਸਹੀ ਗੱਲ ਹੈ ਇੱਥੇ ਬੈਠੇ ਬੰਦਾ ਪੇਂਟਿੰਗਾਂ ਹੀ ਬਣਾਈ ਜਾਵੇ ਅੱਜ ਅਸੀਂ ਫਿਰ ਲੇਟ ਹੋ ਗਏ ਵੈਸੇ ਕਿੱਥੇ 9 ਵਜੇ ਨਿਕਲਣਾ ਸੀਗਾ ਤੇ ਕਿੱਥੇ ਟਾਈਮ ਕਿੰਨਾ ਹੋ ਰਿਹਾ ਕਿੰਨਾ ਟਾਈਮ ਹੋ ਰਿਹਾ ਦੱਸ ਦੇ ਬੇਇੱਜ਼ਤੀ ਕਰੀ ਜਾਂਦਾ ਹੈ ਵੀਡੀਓ ਬਣਾਈ ਜਾਂਦਾ ਪੌਣੇ 12 ਹੋ ਗਿਆ ਕਿੱਥੇ 9 ਵਜੇ 8:30 ਵਜੇ ਨਿਕਲਣਾ ਸੀ ਅਸੀਂ ਚਲੋ ਗੱਡੀ ਆਪਣੀ ਤਿਆਰ ਹੈ ਹੁਣ ਆਪਾਂ ਰਿਤਿਸ਼ ਨੂੰ ਚੱਕਣਾ ਹੈਨਾ ਕਿੱਥੇ ਚੱਲੇ ਅਸੀਂ ਵੈਸੇ ਨੂਰਪੁਰ ਚੱਲੇ ਨਾ ਹੈਨਾ ਚਲੋ ਫਿਰ ਖਿੱਚੀਏ ਤਿਆਰੀ ਰਸਤੇ ਕਿੰਨੇ ਸੋਹਣੇ ਆ ਨਾ ਹੈਨਾ ਪਤਲੀਆਂ ਪਤਲੀਆਂ ਗਲੀਆਂ ਅੰਦਰ ਜਾ ਕੇ ਕੰਪੋਜੀਸ਼ਨ ਆ ਗਈ ਅੱਗੇ ਯਾਰ ਬੜੀ ਤਗੜੀ ਕੰਪੋਜੀਸ਼ਨ
ਕੰਪੋਜੀਸ਼ਨ ਨੇ ਰਸਤਾ ਰੋਕ ਲਿਆ ਸਾਡਾ ਢੀਠ ਆ ਬਾਈ ਵੀ ਪਹੁੰਚ ਗਿਆ ਕੀ ਰਿਤਿਸ਼ ਦੇ ਘਰ चाल मार के अंदर तानी आ जानी नाम वगैरह लिखना सख्त मना मैं दबा नाम लिखना है दस मेरी केड़ा कोई सहेली हैगी जो मैं नाम लिखूंगा इत्थे है चल चल चुप कर जा कितनी सोहनी है यार ये आ देखो तुहानू दिखाना काफी पुराना किला आ देखो बड़ा गहरा इसते बोलते इस दे विच ना जड़ी रानी है ना अच्छा। अपना सोने का चरखा सच्चे दा अच्छा केड़े कुएं च है केड़े कुएं पता नहीं इक होर है अच्छा चलो तुहानू भी दिखाने जाके आ रहा कुआं तो वैसे एक कुआं आया हैगा होना रस्ता ठीक है आ रहा उत्थे जाके दिखाना तुहानू पूरी लोकेशन अगे कितनी सोहनी लग रही हो रीलर रूलर तां कहिंदे इत्थे कैंट बन रही आ ते इक अद्धी रील आपां बना ली है इत्थे ते बाकी रीलां तुहानू इंस्टाग्राम ते मिलणगीआं तुहानू खूह दिखाईए पहलां तां खूह चैक करो इत्थे ओ इधर छाल मारनी पैणी आ लै वी मारती छाल पजामी ना फट जाए पजामा पाया पजामी पाई तूं है ਕਹਿੰਦਾ ਪਜਾਮੀ ਨਾ ਫੜ ਜਾਵੇ ਤੇ ਜਿਹੜਾ ਮਟੀਰੀਅਲ ਹੈ ਨਾ ਸੀਮੈਂਟ ਵਾਲਾ ਹਾਂ ਇਹ ਦਾਣਾ ਦੂਣਾ ਨਾ ਬੰਦਾ ਪਤਾ ਨਹੀਂ ਕਿਹੜੀ ਕਿਹੜੀ ਦਾਲ ਨਾਲ ਕਾਲੀ ਦਾਲ ਹੈ ਕੋਈ ਇਹ ਦੇਖੋ ਖੁਦ ਹੀ ਦੇਖ ਲਓ ਰੇਤ ਅੱਛਾ ਜੀ ਰੇਤ ਹੈ ਇਹ ਕੋਈ ਖਾ ਕੇ ਦੇਖੋ ਰੇਤ ਦੇ ਵਿੱਚ ਖਾ ਕੇ ਦੇਖੋ ਕਿਹਸੀ ਬਣੀ ਹੈ ਰੇਤ ਦੇ ਵਿੱਚ ਉਹ ਮਟੀਰੀਅਲ ਉਹ ਜਿਹੜੀ ਛੱਤ ਆ ਨਾ ਅੱਛਾ ਜੀ ਐਦਾਂ ਵੀ ਹੁੰਦਾ ਦੇਖ ਛੱਤ ਤੇ ਸਾਰੀਆਂ ਨਹੀਂ ਯੂਜ਼ ਹੁੰਦਾ ਜੀ ਆਵੇਂ ਛੱਤ ਕਿੱਦਾਂ ਖੜੀ ਰਹਿੰਦੀ ਹੈ ਉਹ ਹਾਂ ਪਹਿਲਾਂ ਹੀ ਮਿਲਦੇ आ किला सी ना देखो इत्थों दी बंदूक रखने वास्ते जगह बनाई हुई है उधर भी आ अगे भी आ मतलब हुण तक किला काफ़ी पुराना हो गया टुट टुट गया तां करके इत्थे हुण सारा भर भुर जा गया हरियाली इत्थे बस फोटोशूट्स वगैरह होंदे आ हुण ते इधर एक मंदिर बनया होया अमूरा इत्थे तोप दा गोला वज्जा ही ਉਹ ਦੇਖ ਟੁੱਟਿਆ ਵੀ ਦੇਖ ਕਿੱਦਾਂ ਪੂਰਾ ਗੋਲ ਆ ਉਹ ਸਾਹਮਣੇ ਵੱਜਿਆ ਹੋਊਗਾ ਉੱਥੋਂ ਦੀ ਉਹ ਦੇ ਗੋਲੀਆਂ ਦੀ ਨਿਸ਼ਾਨ ਗੋਲੀਆਂ ਨਹੀਂ ਕੁਛ ਮਜ਼ਾਕ ਕਰ ਰਿਹਾ ਸੀ ਕੋਈ ਗੋਲੀਆਂ ਗੋਲੀਆਂ ਦੀ ਨਿਸ਼ਾਨ ਨਹੀਂ ਹੈ ਨਾ ਕੋਈ ਉਹ ਆ ਇੱਥੇ ਗੋਲਾ ਗੋਲਾ ਵੱਜਿਆ ਸਾਨੂੰ ਕੁਛ ਨਹੀਂ ਪਤਾ ਆਪਾਂ ਤਾਂ ਹੀ ਮਖੌਲ ਕਰ ਰਹੇ ਹਾਂ ਆਹ ਵਾਲੀ ਗੱਲ ਮੈਂ ਝੂਠ ਨਹੀਂ ਬੋਲੀ ਸੀ ਸੱਚੀ ਗੰਨ ਰੱਖਣ ਵਾਸਤੇ ਆ ਗੋਲੀਆਂ ਚਲਾਉਣ ਵਾਸਤੇ ਹੈ ਨਾ ਆ ਇੱਥੇ ਗੰਨ ਫਿੱਟ ਕਰਕੇ ਗੋਲੀਆਂ ਗੋਲੀਆਂ ਚਲਾਉਣ ਵਾਸਤੇ ਸੀ ਨਾ ਪਾਗਲ ਉਹ ਹਾਂ ਕਿਲੇ ਚ ਹੁੰਦਾ ਯਾਰ ਨਹੀਂ ਝੂਠ ਥੋੜਾ ਨਾ ਬੋਲਦਾ ਮੈਂ ਗੋਲੀਆਂ ਤੁਸੀਂ ਕਮੈਂਟ ਕਰਕੇ ਦੱਸਿਓ ਜਰੂਰ ਗੋਲੀਆਂ ਲੈਣੀਆਂ ਡਿਜ਼ਾਈਨ ਜੋ ਵੀ ਆ ਦੇਖੋ ਉੱਪਰ ਥੱਲੇ ਦੋਨੋਂ ਬਣੇ ਅੱਛਾ ਠੀਕ ਹੈ ਕੋਈ ਨਹੀਂ ਡਿਜ਼ਾਈਨ ਹੋਊਗਾ ਹਵਾ ਵਾਸਤੇ ਹਨ ਵਿੱਚ ਮੋਹਰਿਆਂ ਚ ਹਵਾ ਹੋਊਗਾ ਲਓ ਜੀ ਦੁਬਾਰਾ ਤੋਂ ਅਸੀਂ ਨਵੀਂ ਲੋਕੇਸ਼ਨ ਤੇ ਆ ਗਏ ਆ ਨੂਰਪੁਰ ਦਾ ਕਿਹੜਾ ਇਕੋ ਪਾਰਕ ਹੈ ਕੋਈ ਇਕੋ ਪਾਰਕ ਹੈ ਕੋਈ अंदर जाके तुहानू दिखाने आ वो लिखा भी एक तो मेरे फोन की बैटरी डाउन हो गई है 19% रह गई है बस ना बनेगा उतना ठीक है जिन्ना ज्यादा तो ज्यादा दिखा सके उतना दिखाऊंगा बाकी देख रहे हैं मैं तुहानू आ वा एंट्री कोई अंदर बढ़ के नहीं नहीं ना ना बाहर ही खड़े हैं देख के चल जाएंगे इत्थों ही किदा करना पैंदा स्पाइडरमैन वाला आहो नहीं नहीं पहले मकड़ी तो कटाना पैंदा अपने आप नु फिर जाला सिटना पैंदा फिर एंट्री होगी ऋतविक आ शिप जी पा दी लुधियाने चलिए बह के आहो वो ड्रमी हो तो यार पानी आहो चल ड्रमी जी बहन वास्ते ही ना ना छार नहीं मारनी अंदर जाके वो काम नहीं करना जाना
ਜਾਣਾ ਪਾਣੀ ਤੇ ਆਣਾ ਅਖਬਾਰਾਂ ਚ ਨਹੀਂ ਨਹੀਂ ਡਾਇਲੋਗ ਉਹ ਸੀਗਾ ਕਿ ਜਾਣਾ ਕਾਰਾਂ ਤੇ ਆਣਾ ਅਖਬਾਰਾਂ ਚ ਪਰ ਤੁਸੀਂ ਪਾਣੀ ਚ ਜਾਓਗੇ ਨਾ ਤਾਂ ਗਿਆ ਮੈਂ ਲਓ ਜੀ ਉਹ ਯਾਰ ਇੱਥੇ ਵਾਈਬ ਕਿ ਨਹੀਂ ਘੈਂਟ ਰਹਿਣਾ ਫੋਟੋਗ੍ਰਾਫੀ ਸ਼ੁਰੂ ਆਪਣੀ ਫੋਟੋਆਂ ਫੋਟੋਆਂ ਖਿੱਚਾਂਗੇ ਪਹਿਲੀ ਲੋਕੇਸ਼ਨ ਤੇ ਵੀ ਜਾ ਕੇ ਆਪਾਂ ਫੋਟੋਆਂ ਵੀਡੀਓ ਖਿੱਚੀਆਂ ਬਸ ਓਏ ਹੋਏ ਐਡਾ ਵੱਡਾ ਪੁੱਲ ਇੱਕ ਬਸ ਖਤਮ ਸਾਨੂੰ ਇੱਥੇ ਇੱਕ ਚੀਜ਼ ਲੱਭੀ ਤੁਹਾਨੂੰ ਵੀ ਦਿਖਾਈਏ ਉਹ ਦੇਖੋ ਉੱਪਰ ਚੈੱਕ ਕਰੋ ਬਾਜ਼ ਦਾ ਘੋਂਸਲਾ ਥੋੜ੍ਹਾ ਹੋਰ ਜ਼ੂਮ ਕਰਦੇ ਉਹ ਦੇਖੋ ਬਾਜ਼ ਦਾ ਘੋਂਸਲਾ ਹੈ ਬਾਹਲੀ ਉੱਪਰ ਆ ਪੇੜ ਦੇਖੋ ਕਿੰਨਾ ਵੱਡਾ ਹੈ ਉਹ ਦੇਖੋ ਕਿੰਨੀ ਉੱਪਰ ਆ ਇੱਥੇ ਇੰਨਾ ਖਾਸ ਕੁਛ ਹੈ ਨਹੀਂ ਸੀਗਾ ਕਿਉਂਕਿ ਕਾਫੀ ਪੁਰਾਣਾ ਹੋ ਗਿਆ ਨਾ ਇਹ ਟਾਈਮ ਹੋ ਗਿਆ ਇਹ ਪਹਿਲੀ ਵਾਰ ਆਏ ਇੱਥੇ ਸਾਰੇ ਥੱਕੇ ਪਏ ਆ ਨਾਲੇ ਮੇਰਾ ਫੋਨ ਬਿਲਕੁਲ ਡਿਸਚਾਰਜ ਹੋ ਚੁੱਕਿਆ ਅਤੇ ਬਸ ਹੁਣ ਵਾਪਸ ਜਾ ਰਹੇ ਹਾਂ ਵਾਪਸ ਜਾ ਕੇ ਪਹਿਲਾਂ ਖਾਣ ਪੀਣ ਜਾਵਾਂਗੇ ਫਿਰ ਸਿੱਧਾ ਡੈਮ ਤੁਹਾਨੂੰ ਡੈਮ ਦਿਖਾਵਾਂਗੇ ਯਾਰ ਜਲਦੀ ਉੱਠ ਜਾਂਦੇ ਨਾ ਉੱਥੇ ਚੱਲ ਜਾਣਾ ਸੀ ਧਰਮਸ਼ਾਲੇ ਚੱਲ ਜਾਣਾ ਸੀ ਆਪਾਂ ਸਾਡਾ ਪਲੈਨ ਪਹਿਲਾਂ ਧਰਮਸ਼ਾਲਾ ਜਾਣ ਦਾ ਸੀਗਾ ਅਤੇ ਫਿਰ ਆਪਾਂ ਲੇਟ ਉੱਠੇ ਸਾਡਾ ਉਹ ਪਲੈਨ ਹੀ ਕੈਂਸਲ ਹੋ ਗਿਆ ਹੁਣ ਬਸ ਇੱਥੇ ਆਹੋ ਨੈਕਸਟ ਟਾਈਮ ਆਪਾਂ 4-5 ਦਿਨ ਦਾ ਟੂਰ ਬਣਾ ਕੇ ਆਵਾਂਗੇ ਫਿਰ ਚੱਲਾਂਗੇ ਆਹੋ ਹੁਣ ਲਓ ਜੀ ਆਪਣਾ ਖਾਣਾ ਪੀਣਾ ਆ ਗਿਆ ਕਰੀਏ ਸਟਾਰਟ ਕਰੋ 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 ਲੋਕੇਸ਼ਨ ਚੈੱਕ ਕਰੋ ਇੱਕ ਵਾਰੀ ਸਕੂਨ ਹੀ ਹੈ ਜਮਾਂ ਹੀ ਇਹ ਡੈਮ 'ਤੇ ਆਇਆ ਸੀ ਅਤੇ ਜਿਹੜੇ ਹਿੱਸੇ 'ਤੇ ਆਪਾਂ ਖੜ੍ਹੇ ਆ ਨਾ ਇਹ ਵੀ ਸਾਰਾ ਪਾਣੀ ਦੇ ਅੰਦਰ ਆ ਜਾਂਦਾ ਹਾਲੇ ਤਾਂ ਫਿਲਹਾਲ ਪਾਣੀ ਦਾ ਲੈਵਲ ਥੋੜ੍ਹਾ ਨੀਚੇ ਆ ਅਤੇ ਆ ਪੂਰਾ ਪਾਣੀ ਦੇ ਅੰਦਰ ਹੁੰਦਾ ਆ ਖੜ੍ਹੀ ਆਪਣੀ ਗੱਡੀ ਅਤੇ ਹੁਣ ਆਪਾਂ ਅੱਗੇ ਚੱਲੀਏ ਉਹ ਜਾਂਦੇ ਬਾਕੀ ਸਾਰੇ ਜੀ ਪੂਰਾ ਮਾਹੌਲ ਬਣਾਇਆ ਜਾ ਰਿਹਾ ਕਹਿੰਦੇ ਗਾਣੇ ਲਾਣੇ ਮਿੱਠੇ ਮਿੱਠੇ ਨਾਲ ਕਹਿੰਦੇ ਖਾਣ ਪੀਣ ਦਾ ਸਮਾਨ ਵੀ ਆ ਗਿਆ ਇੱਧਰ ਬਹਿਣ ਦਾ ਜਗਾੜ ਵੀ ਹੋ ਗਿਆ ਹੈ ਨਜ਼ਾਰੇ ਪੂਰੇ ਚਲੋ ਹੁਣ ਬਾਏ ਬਾਏ ਕਰੀਏ ਜਗ੍ਹਾ ਨੂੰ ਹੁਣ ਫਿਰ ਆਵਾਂਗੇ ਕਿਉਂਕਿ ਹੁਣ ਆਪਾਂ ਜਾਣਾ ਯੂਨੀਵਰਸਿਟੀ ਖਾ ਵੀ ਲਿਆ ਪਰ ਆਪਾਂ ਸਮਾਨ ਵੀ ਸਾਰਾ ਚੱਕਿਆ ਵਾਪਸ ਜਿਹੜਾ ਖਲਾਰਾ ਪਾਇਆ ਸੀ ਅਗਰ ਤੁਸੀਂ ਵੀ ਕਿਸੇ ਜਗ੍ਹਾ 'ਤੇ ਜਾਂਦੇ ਹੋ ਇੱਦਾਂ ਦੀ ਹੈ ਨਾ ਲੇਕ ਸਾਈਡ 'ਤੇ ਮੈਂ ਦੇਖਿਆ ਲੋਕਾਂ ਨੇ ਦੇਖੋ ਕਿੰਨਾ ਗੰਦ ਪਾਇਆ ਹੋਇਆ ਉਹ ਦੇਖੋ ਪੈਕਟ ਵਗੈਰਾ ਸਿੱਟੇ ਹੋਏ ਆ ਜੇ ਤੁਸੀਂ ਆ ਕੇ ਬਹਿੰਦੇ ਹੋ ਨਾ ਇੱਥੋਂ ਚੱਕ ਦਿਆ ਕਰੋ ਹੈ ਨਾ ਉਹ ਚੀਜ਼ ਵਧੀਆ ਹੁੰਦੀ ਆ ਅਤੇ ਆਪਾਂ ਆਪਣਾ ਜੋ ਖਲਾਰਾ ਪਾਇਆ ਸੀ ਆਪਾਂ ਚੱਕਤਾ ਅਤੇ ਹੁਣ ਆਪਾਂ ਚੱਲੀਏ ਇਸ ਜਗ੍ਹਾ ਨੂੰ ਬਾਏ ਬਾਏ ਕਰੀਏ ਕਿਉਂਕਿ ਯੂਨੀਵਰਸਿਟੀ ਵੀ ਜਾਣਾ ਅਤੇ ਕੱਲ੍ਹ ਆਪਾਂ ਨਿਕਲਣਾ ਵਾਪਸੀ ਫਿਰ ਆਵਾਂਗੇ ਹੁਣ